ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ ਮੈਂ ਅਮਰਬੀਰ ਸਿੰਘ ਅੱਜ ਇਸ ਟੀਵੀ 84 ਦੇ ਦ ਫੌਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ तहे ਦਿਲੋਂ ਸਵਾਗਤ ਕਰਦਾ ਵਿਊਜ਼ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸਰਦਾਰ ਹਿੰਮਤ ਸਿੰਘ ਹੋਰਾਂ ਦੇ ਨਾਲ ਜਿਹੜੇ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਆ ਇੱਥੇ ਅਮਰੀਕਾ ਦੇ ਵਿੱਚ ਜਦੋਂ ਅਸੀਂ ਇੰਡੀਆ ਇੰਡੀਅਨ ਸਟੇਟ ਤੇ ਸਿੱਖਾਂ ਦੇ ਰਿਲੇਸ਼ਨ ਦੀ ਗੱਲ ਕਰਦੇ ਆ ਤੇ ਇਸ ਵਕਤ ਜਿਹੜਾ ਤਣਾਅ ਹੈ ਉਹ ਵਧਿਆ ਹੋਇਆ ਬਹੁਤ ਵਧਿਆ ਹੋਇਆ ਵੱਡਾ ਕਾਰਨ ਉਹਦੇ ਵਿੱਚ ਜਦੋਂ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਆ ਦੇ ਉੱਤੇ ਇਹ ਸਵਾਲ ਖੜਾ ਕੀਤਾ ਕਿ ਉਹ ਜਿਹੜੀ ਆ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਨੇ ਉਹ ਕਰ ਰਹੇ ਨੇ ਤੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਇੰਡੀਆ ਨੇ ਕੀਤੀ ਆ ਉਹ ਜ਼ਿਮੇਵਾਰ ਨੇ ਉਸ ਤੋਂ ਬਾਅਦ ਇਹ ਜਿਹੜੀ ਰਿਲੇਸ਼ਨਸ਼ਿਪ ਸੀ ਹੋਰ ਵੀ ਨਿਵਾਨ ਵੱਲ ਨੂੰ ਚਲੀ ਗਈ ਆ ਤੇ ਹੁਣ ਰੀਸੈਂਟਲੀ ਅਸੀਂ ਦੇਖਿਆ ਕਿ ਜਿਹੜਾ ਆ ਅਮਰੀਕਾ ਦੇ ਵਿੱਚ ਗੁਰਪਤ ਗੁਰਪਤਵੰਦ ਸਿੰਘ ਪੰਨੋ ਜਿਹੜੇ ਕਿ 6 ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਉਹਨਾਂ ਦੇ ਨਾਂ ਦੇ ਉੱਤੇ ਵੀ ਜਿਹੜਾ ਥ੍ਰੈਟ ਹੈ ਉਹ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਇਸ ਕਿਸਮ ਦੀਆਂ ਗਤੀਵਿਧੀਆਂ ਹੋਰ ਨਹੀਂ ਕਰ ਸਕਦੇ ਤੇ ਉਹਨਾਂ ਨੇ ਜਿਹੜਾ ਇੰਡੀਅਨ ਪਲੋਟ ਸੀ ਉਸ ਨੂੰ ਫੇਲ ਕੀਤਾ ناکਾਮ ਕੀਤਾ ਇਦੀ ਬੈਕਗ੍ਰਾਉਂਡ ਦੇ ਵਿੱਚ ਹੋਰ ਵੀ ਗੱਲਾਂ ਬਹੁਤ ਨੇ ਪਰ ਅੱਜ ਇਹੀ ਇੱਕ ਇਸ਼ੂ ਮੇਨ ਹੈ ਜਿਸ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਸਿੱਖ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਰੋਸ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਭਾਰਤ ਇਸ ਲੈਵਲ ਤੱਕ ਕਿਉਂ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਜਿਹੜੇ ਸਰਕਾਰੀ ਸਰਕਾਰੀ ਦਰਬਾਰੇ ਜਾਣ ਵਾਲੇ ਬੰਦੇ ਨੇ ਉਹਨਾਂ ਨੂੰ ਉਹ ਇਸ ਇਹਨਾਂ ਗੱਲਾਂ ਨੂੰ ਜਾਂ ਇਹਨਾਂ ਕਲੇਮਸ ਨੂੰ ਡਿਨਾਈ ਕਰ ਰਹੇ ਆ ਉੱਥੇ ਦੂਜੇ ਪਾਸੇ ਜਿਹੜੇ ਆਜ਼ਾਦੀ ਪਸੰਦ ਸਿੱਖ ਹੈਗੇ ਆ ਖਾਲਿਸਤਾਨ ਪੱਖੀ ਸਿੱਖ ਹੈਗੇ ਆ ਉਹਨਾਂ ਨੂੰ ਇਹ ਗੱਲ ਲੱਗਦੀ ਆ ਜਾਂ ਉਹ ਇਹ ਗੱਲ ਕਹਿ ਰਹੇ ਆ ਕਿ ਇੰਡੀਅਨ ਸਟੇਟ ਡਾਇਰੈਕਟਲੀ ਜ਼ਿੰਮੇਵਾਰ ਆ ਹੁਣ ਉਹ ਪਹਿਲੀ ਵਾਰ ਉਹਨਾਂ ਦੀ ਅਕਾਉਂਟੇਬਿਲਟੀ ਇਸ ਵਕਤ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਬਣ ਰਹੀ ਆ ਜਿਹਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਹਾਲਾਂਕਿ ਅੱਜ ਜਿਹੜੀ ਅਸੀਂ ਘਟਨਾ ਇਸ ਵਕਤ ਚਾਰ ਚੁਫੇਰੇ ਘੁੰਮ ਰਹੀ ਹੈ ਪਿਛਲੇ 24 ਘੰਟਿਆਂ ਤੋਂ ਬੀਤੀ ਕੱਲ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਬੈਠੇ ਹਾਂ ਤੇ ਹੈਕਸਫਿਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇੰਡੀਆ ਦੇ ਐਮਬੈਸਡਰ ਨੇ ਇੱਥੇ ਅਮਰੀਕਾ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਉਹ ਇੱਥੇ ਹੈਕਸਫਿਲ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਆ ਤੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤੇ ਵਿਰੋਧ ਕਰਨ ਵਾਲਿਆਂ ਦੇ ਵਿੱਚ ਲੀਡਿੰਗ ਰੋਲ ਸਰਦਾਰ ਹਿੰਮਤ ਸਿੰਘ ਹੋਰਾਂ ਨੇ ਨਿਭਾਇਆ ਤੋ ਅੱਜ ਦੀ ਇਸ ਗੱਲਬਾਤ ਦੇ ਵਿੱਚ ਅਸੀਂ ਇਹੀ ਉਹਨਾਂ ਤੋਂ ਹਿੰਮਤ ਸਿੰਘ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹ ਵਿਰੋਧ ਹੈ ਐਗਜ਼ੈਕਟਲੀ ਉਹਨਾਂ ਨੇ ਕਿਉਂ ਕੀਤਾ ਕੀ ਕਾਰਨ ਹੈ ਤੇ ਇਹ ਬੈਕਗ੍ਰਾਉਂਡ ਦੇ ਵਿੱਚ ਜਿਹੜੀਆਂ ਗੱਲਾਂ ਇਸ ਵਕਤ ਚੱਲ ਰਹੀਆਂ ਨੇ ਉਸ ਦੇ ਮੁਤਲਕ ਹਿੰਮਤ ਸਿੰਘ ਹੋਰਾਂ ਦੇ ਨਾਲ ਅੱਜ ਦੀ ਇਸ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ ਹਿੰਮਤ ਸਿੰਘ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਮਰਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਟੀਵੀ 84 ਦੇ ਸਮੂਹ ਆ ਵੀਰ ਜਿਹੜੇ ਸ्रोत ਤੇ ਤੁਹਾਨੂੰ ਦਿਖ ਰਿਹਾ ਹੈ ਹਮਤ ਸਿੰਘ ਜੀ ਸ਼ੁਰੂਆਤ ਮੈਂ ਇੱਥੋਂ ਹੀ ਕਰਨਾ ਚਾਹੂਗਾ ਕਿਉਂਕਿ ਜਦੋਂ ਇਸ ਕਿਸਮ ਦੀ ਕੋਈ ਵੀ ਘਟਨਾ ਵਾਪਰਦੀ ਹੈ ਪਹਿਲਾਂ ਵੀ ਹੁੰਦਾ ਹਾਲਾਂਕਿ ਈਸਟ ਕੋਸਟ ਸੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਪਹਿਲਾਂ ਇੰਡੀਅਨ ਐਮਬੈਸਡਰਸ ਕੌਂਸੂਲੇਟ ਤੇ ਜਿਹੜੇ ਉਹਨਾਂ ਦੇ ਕਰਿੰਦੇ ਹੈਗੇ ਆ ਉਹਨਾਂ ਦੇ ਗੁਰਦੁਆਰਾ ਸਾਹਿਬਾਨਾਂ ਦੀ ਸਟੇਜ ਤੋਂ ਆ ਕੇ ਬੋਲਣ ਦੇ ਉੱਤੇ ਪਾਬੰਦੀ ਲਾਈ ਗਈ ਸੀ ਪਹਿਲਾਂ ਅਮਰੀਕਾ ਦੇ ਜਦੋਂ ਅਸੀਂ ਕੈਨੇਡਾ ਦੇ ਤੇ ਯੂਕੇ ਦੇ ਦਰਜਣਾਂ ਨਹੀਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਕਰਦੇ ਆ ਸੋ ਉਸ ਸਲਾਈਡ ਦੇ ਵਿੱਚ ਜਿਹੜਾ ਇਹ ਤੁਸੀਂ ਤੁਸੀਂ ਵਿਰੋਧ ਕੀਤਾ ਪਹਿਲਾਂ ਤੇ ਇਹਦੇ ਥੋੜੇ ਜਿ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਬਿਆਨ ਕਰੋਗੇ ਜੀ ਅ ਅਮਰਵੀਰ ਸਿੰਘ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਵੱਚੀ ਮਾਨਵਤਾ ਨੂੰ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸੋ ਸਤਗੁਰਾਂ ਨੇ ਕੁੱਲ ਮਾਨਵਤਾ ਤੇ ਮਨੁੱਖਤਾ ਤੇ ਜੋ ਪਰਵਕਾਰ ਕੀਤੇ ਆ ਗੁਰੂ ਅਰਣਕਦੇਵ ਸਾਹਿਬ ਜੀ ਨੇ ਸੋ ਉਹ ਦੇਣਾ ਮਨੁੱਖ ਜਿਹੜਾ ਇੱਕ ਜਨਮ ਦੇ ਵਿੱਚ ਇੱਕ ਜਾਮੇ ਦੇ ਵਿੱਚ ਨਹੀਂ ਦੇ ਸਕਦਾ ਸੋ ਬਹੁਤ ਵੱਡੀਆਂ ਘਾਲਣਾਵਾਂ ਆ ਸੋ ਸਿੱਖ ਪੰਥ ਦੀ ਵੀ ਜੇ ਆਪਾਂ ਗੱਲ ਕਰਦੇ ਆ ਤਾਂ ਆਪਾਂ ਪੜ੍ਹਦੇ ਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋ ਅੱਜ ਉਸ ਬਾਬੇ ਦੀ ਜਦੋਂ ਅਸੀਂ ਸਾਰੀ ਜੀਵਨ ਗਾਥਾ ਅਸੀਂ ਸੁਣਦੇ ਆ ਪੜ੍ਹਦੇ ਆ ਜੀ ਬਾਬੇ ਨਾਨਕ ਨੇ ਉਸ ਸਮੇਂ ਆਪਣੇ ਜੀਵਨ ਕਾਲ ਦੇ ਵਿੱਚ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਕੀਤੀ ਸੋ ਉਹਨਾਂ ਨੇ ਕੋੜੇ ਰਾਖਸ਼ ਵਰਗਿਆਂ ਨੂੰ ਬਲੀ ਕੰਧਾਰੀ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਾਏ ਪਾਇਆ ਔਰ ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬੇ ਨੇ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਕੀਤੀ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਬਾਬਰ ਜਾਬਰ ਬਣੇ ਹੋਏ ਆ ਜਿਵੇਂ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਾਂ ਉਹਨਾਂ ਦੇ ਜਿਹੜੇ ਹੱਥ ਠੋਕੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੀਆਂ ਏਜੰਸੀਆਂ ਦੇ ਜਿਹੜੇ ਬੰਦੇ ਆ ਜਾਂ ਜਿਹੜੇ ਇਹ ਐਮਬੈਸਟਰ ਕਾਉਂਸਲੇਟ ਏਜੰਸੀਆਂ ਬਣੀਆਂ ਹੋਈਆਂ ਕਾਉਂਸਲੇਟਖਾਨੇ ਹਨ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਿੱਤੋਂ ਅੱਜ ਇਹ ਟੈਰਰ ਹਾਊਸ ਇਹਨਾਂ ਨੂੰ ਅਸੀਂ ਕਹਿੰਦੇ ਜਿੱਥੋਂ ਸਿੱਖ ਐਕਟੀਵਿਸਟਾਂ ਦੀ ਜਿਹੜੀ ਪੁਸਤ ਪਨਾਈ ਹੁੰਦੀ ਆ ਜੀ ਉਹਨਾਂ ਨੂੰ ਮਾਰਨ ਦੀਆਂ ਜਿਹੜੀਆਂ ਸ਼ਾਸਤਾਂ ਰਚੀਆਂ ਜਾਂਦੀਆਂ ਇਹਨਾਂ ਐਵੈਂਟੀਆਂ ਇਹਨਾਂ ਕੌਂਸੂਲੇਟ ਖਾਨਿਆਂ ਚੋਂ ਤਾਂ ਜੋ ਅਮਰੀਕਾ ਸਥਿਤ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਐਵੈਂਟੀ ਆ ਉੱਥੇ ਵਹਿੰਦਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਤਾਂ ਜੋ ਅੱਜ ਦਾ ਸਮਾਂ ਆ ਡਾਇਸਪੋਰਾ ਦੇ ਵਿੱਚ ਕੁੱਲ ਦੁਨੀਆ ਦਾ ਜਿਹੜਾ ਸਿੱਖਿਆ ਝੰਡੋੜਿਆ ਹੋਇਆ ਆ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਕਿਲਿੰਗ ਪਾਕਿਸਤਾਨ ਤੋਂ ਸ਼ੁਰੂ ਹੋਈ ਭਾਈ ਪਰਮਜੀਤ ਸਿੰਘ ਪੰਜਵਾੜ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਔਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੈਚਰ ਸੋ ਜਿਹੜੀਆਂ ਕਿਲਿੰਗ ਹੋਈਆਂ ਬਕਾਇਦਾ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਕਈ ਇਹਨਾਂ ਦੇ ਏਜੰਟੇ ਕਬੂਲ ਦੇ ਰਹੇ ਆ ਵੀ ਪਾਕਿਸਤਾਨ ਤੋਂ ਬਾਅਦ ਅੰਗਲੈਂਡ ਉ ਤੋਂ ਬਾਅਦ ਕੈਨੇਡਾ ਹੁਣ ਅਮਰੀਕਾ ਵਾਲਿਆਂ ਦੀ ਵਾਰੀ ਆ ਔਰ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਇਹ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਕਿ ਸਾਡੇ ਕੋਲ ਪੂਖਤਾ ਸਬੂਤ ਆ ਕਿ ਤੁਸੀਂ ਇਹ ਤੁਹਾਡੇ ਹੱਥ ਆ ਜਦੋਂ G20 ਦੇ ਵਿੱਚ ਵਿਜੀਟਿੰਗ ਵੀ ਹੋਈ ਆ ਹੁਣ ਤਾਂ ਇਹ ਵੀ ਗੱਲਾਂ ਆਈਆਂ ਕਿ ਸਾਡੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਇਹ ਗੱਲ ਮੁੱਦਾ ਉਠਾਇਆ ਉਸ ਸਮੇਂ ਜੀ ਸੋ ਜਿਵੇਂ মিডিਏ ਨੂੰ ਦੂਰ ਰੱਖਿਆ ਗਿਆ ਸਾਡੇ ਜਿਹੜੇ ਅਮਰੀਕਨ ਪ੍ਰਾਈਮ ਮਿਨਿਸਟਰ ਜੋ ਬਾਈਡਨ ਸੌਰੀ ਪ੍ਰਾਈਮ ਪ੍ਰੈਜ਼ੀਡੈਂਟ ਜੋ ਬਾਈਡਨ ਤੋਂ ਔਰ ਜਿਵੇਂ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਵੀ ਉਹਨਾਂ ਨੇ ਸਾਰਾ ਦੂਰੀ ਬਣਾ ਕੇ ਰੱਖਣ ਦੀ ਗੱਲ ਜਿਹੜੀ মিডিਆ ਦੀ ਸੋ ਇਹ ਗੱਲ ਫਿਰ ਉਹਨਾਂ ਨੂੰ ਆਣ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਣੀ ਪਈ ਕਿ ਭਾਈ ਤੁਹਾਡੇ ਜਿਹੜੇ ਹੱਥ ਹੈਗੇ ਆ ਸਾਡੇ ਕੋਲ ਪੂਖਤਾ ਸਬੂਤ ਆ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰੋ ਸੋ ਇਹ ਪ੍ਰੈਸ ਕਾਨਫਰੈਂਸਾਂ ਹੋਈਆਂ ਔਰ ਇਹ ਪ੍ਰੈਸ ਕਾਨਫਰੈਂਸਾਂ ਵਾਈਟ ਹਾਊਸ ਦੇ ਵਿੱਚੋਂ ਕਿੰਨੀਆਂ ਹੋ ਚੁੱਕੀਆਂ ਔਰ ਜਿਹੜੇ 5 ਆਜ ਕੰਟਰੀ ਜਿਨ੍ਹਾਂ ਨੂੰ ਆਪਾਂ ਦੇਖਦੇ ਆ ਆਸਟ੍ਰੇਲੀਆ ਯੂਕੇ ਔਰ ਜਿੰਨੇ ਉਹਦੇ ਵਿੱਚ ਕੰਟਰੀ ਆਉਂਦੇ ਆ ਸਾਰਿਆਂ ਨੇ ਇਹ ਉਂਗਲ ਚੁੱਕੀ ਆ ਇੰਡੀਆ ਤੇ ਕਿ ਭਾਈ ਤੁਹਾਡੇ ਕੋਲ ਜਿਹੜੇ ਖਿਲਾਫ ਪੁਖਤਾ ਸਬੂਤ ਆ ਜੀ ਜਿਹੜੀ ਰੀਸੈਂਟ ਹੁਣ ਨਿਊਯਾਰਕ ਸਟੇਟ ਦੇ ਵਿੱਚ ਜਿਹੜੀ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਹੋਈ ਆ ਬੰਦ ਲਫਾਫਾ ਕਿ ਇੱਕ ਫੜਿਆ ਹੋਇਆ ਇੱਕ ਇੱਕ ਭੱਜ ਗਿਆ ਤੋ ਉਹ ਸਦਾ ਸਦਾ ਅਮਰੀਕਾ ਨੇ ਇੰਡੀਆ ਨੂੰ ਜਿਹੜੀ ਗੱਲ ਕਹਿ ਦਿੱਤੀ ਕਿ ਤੁਸੀਂ ਭਾਈ ਇੱਥੇ ਵੀ ਇਹ ਕੰਮ ਕਰਨ ਲੱਗੇ ਹੋ ਹੂੰ ਸੋ ਇਹ ਗੱਲਾਂ ਜਦੋਂ ਹੋ ਰਹੀਆਂ ਆ ਤੇ ਜਿਹੜੇ ਸਿੱਖ ਹਿਰਦੇ ਆ ਬਲੁੰਦਰੇ ਹੋਏ ਆ ਪਹਿਲਾਂ ਹੀ ਤੇ ਤੁਸੀਂ ਖਾਸ ਇੱਕ ਦਿਨ ਚੁਣਦੇ ਹੋ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤੇ ਸਾਡੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਉਂਦੇ ਹੋ ਤੁਸੀਂ ਉਹਨਾਂ ਹੀ ਨਾਲ ਦੇ ਜਿਹੜੇ ਤੁਹਾਡੇ ਏਜੰਟ ਰੌ ਦੇ ਕਈ ਲੈ ਕੇ ਨਾਲ ਤੇ ਯਾ ਜਿਹੜਾ ਨਿਯਾਰਕ ਦਾ ਕੌਂਸੂਲੇਟ ਆ ਇਹ ਅਮਬੈਸਟਰ ਜਿਹੜਾ ਕਰਨਜੀਤ ਸੰਧੂ ਤਾਂ ਦੇਖੋ ਸਾਡਾ ਜਿਹੜਾ ਇਹ ਨਾ ਕੰਟਰੀਆਂ ਦੇ ਵਿੱਚ ਰਹਿੰਦੇ ਆ ਹੋਇਆ ਅਸੀਂ ਇੱਕ ਪੀਸਪੁਲ ਤਰੀਕੇ ਨਾਲ ਪ੍ਰੋਟੈਸਟ ਕਰਨਾ ਕਿ ਆਪਾਂ ਕਾਨੂੰਨ ਨੂੰ ਵੀ ਹੱਥ ਨਹੀਂ ਲੈਣਾ ਤੇ ਅਸੀਂ ਉੱਥੇ ਸਵਾਲ ਅਰੇਜ ਕੀਤੇ ਆ ਜਿਹੜਾ ਨਿਊਯਾਰਕ ਸਥਿਤ ਹੈਕਸਵੈਲ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਭਾਈ ਤੁਸੀਂ ਇੱਥੇ ਆਏ ਹੋ ਸਾਨੂੰ ਇਹ ਦੱਸੋ ਵੀ ਤੁਹਾਡੇ ਜਿਹੜੇ ਹੱਥ ਆ ਉਹ ਖੂਨ ਦੇ ਨਾਲ ਰੰਗੇ ਹੋਏ ਆ ਤੁਹਾਨੂੰ ਇਹਨਾਂ ਗੁਰਦੁਆਰਿਆਂ ਵਿੱਚ ਜਿਹੜੇ ਤੁਹਾਨੂੰ ਸਨਮਾਨਤ ਕਰਦੇ ਆ ਸ਼੍ਰੀ ਸਾਹਿਬ ਦੇ ਕੇ ਸਿਰ ਪਾਉ ਪਾ ਕੇ ਸ਼੍ਰੀ ਸਾਹਿਬ ਕਿਸ ਗੱਲ ਦੀ ਦਿੰਦੇ ਆ ਉਹ ਤੁਸੀਂ ਕਿ ਤੁਸੀਂ ਹੋਰ ਸਿੱਖਾਂ ਦਾ ਜਾਂ ਧੌਣਾ ਵੱਡੋ ਕਰ ਦੇਣਾ ਕਤਲ ਕਰੋ ਹਾਂ ਹੈਨਾ ਕਿਸ ਗੱਲ ਦਾ ਸਨਮਾਨ ਕੀ ਸਾਡੇ ਸਤਗੁਰਾਂ ਦੀ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਹਰਮਤੀਆਂ ਹੋ ਰਹੀਆਂ ਪੰਜਾਬ ਦੀ ਧਰਤੀ ਇਸ ਗੱਲ ਦਾ ਸਨਮਾਨ ਮੈਂ ਉਹਦਾ ਪ੍ਰਵੰਧਨਾ ਨੂੰ ਵੀ ਪੁੱਛਣਾ ਚਾਹਾਂਗਾ ਵੀ ਤੁਸੀਂ ਭਾਈ ਇਹ ਤੁਸੀਂ ਕਿਉਂ ਇਹਨਾਂ ਦੇ ਚੁੰਗਲਾਂ ਦੇ ਵਿੱਚ ਫਸਦੇ ਹੋ ਇੱਕ ਗੁਰਦੁਆਰੇ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਸਿੱਖਾਂ ਨੇ ਬਦਿਸ਼ਾਂ ਜੋ ਕੀਤੀਆਂ ਉਹ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਧ ਕੱਢ ਕੇ ਗੁਰਦੁਆਰੇ ਬਿਲਡਿੰਗਾਂ ਆਖੜੀਆਂ ਖੜੀਆਂ ਕੀਤੀਆਂ ਜਿੱਥੇ ਗੁਰੂ ਸਾਹਿਬ ਸਿਸ਼ੋਭਤ ਆ ਸੋ ਉੱਤੇ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਵਧੇ ਫੁੱਲੇ ਦੀ ਗੱਲ ਵਧਣੇ ਫੁੱਲਣੇ ਦੀ ਜਿਹੜੀ ਗੱਲ ਚਲਣੀ ਚਾਹੀਦੀ ਆ ਸਿੱਖੀ ਦਾ ਪ੍ਰਚਾਰ ਉੱਤੇ ਗਰੀਬ ਲੋੜਵੰਦ ਦੀ ਮਦਦ ਹੋਣੀ ਚਾਹੀਦੀ ਆ ਤੁਸੀਂ ਲਿਆ ਕੇ ਉਹ ਨਾ ਅੱਤਵਾਦੀਆਂ ਨੂੰ ਉਹਨਾਂ ਨੂੰ ਸਾਡੇ ਸਨਮੁਖ ਖੜੇ ਕਰ ਦਿੰਦੇ ਹੋ ਕਿਰਪਾਨਾ ਫੜਾ ਕੇ ਸ਼ਰੀਰ ਸਿਰ ਸਿਰਪਾਉ ਪਾ ਕੇ ਤੋ ਸਿੱਕੇ ਸਵਾਲ ਕਰਨਗੇ ਉੱਤੇ ਸਵਾਲ ਕੀਤੇ ਗਏ ਭਾਈ ਤੁਸੀਂ ਸਾਨੂੰ ਦੱਸੋ ਰੀਸੈਂਟ ਤੁਸੀਂ ਗੁਰਪਤਵੰਨ ਸਿੰਘ ਪੰਨੂ ਦੀ ਜਿਹੜੀ ਤੁਸੀਂ ਪਲੈਨਿੰਗ ਕਰ ਰਹੇ ਸੀ ਕਿ ਲਿੰਗ ਦੀ ਔਰ ਜਿਹੜੀ ਭਾਈ ਹਰਦੀਪ ਸਿੰਘ ਨੇਚਰ ਉਹਨਾਂ ਦੀ ਸ਼ਹਾਦਤ ਆ ਤੁਹਾਡੇ ਕੋਲ ਇਹ ਸਬੂਤ ਜਿਹੜੇ ਆ ਉਹ ਗਵਰਨਮੈਂਟ ਦੇ ਕੋਲ ਹੈਗੇ ਤੁਸੀਂ ਕੋਆਪਰੇਟ ਕਰੋ ਜਿਹੜੀ ਗਵਰਨਮੈਂਟ ਭਾਰਤੀ ਹਕੂਮਤ ਅੱਜ ਤੱਕ ਪਾਕਿਸਤਾਨ ਤੇ ਇਲਜ਼ਾਮ ਲਾਉਂਦੀ ਰਹੀ ਆ ਜੀ ਕਿ ਇਹ ਗਤੀਵਿਧੀਆਂ ਭਾਰਤ ਵਿੱਚ ਗਲਤ ਕਰਦੇ ਆ ਇਹ ਜਿਹੜਾ ਸਾਨੂੰ ਕੋਆਪਰੇਟ ਕਰਨ ਪਾਕਿਸਤਾਨ ਨਾਲੇ ਇਹ ਹਮੇਸ਼ਾ ਇੰਡੀਆ ਆਰਾਗ ਆਲਾਪ ਦਾ ਰਿਹਾ ਆ ਤਾਂ ਫਿਰ ਅੱਜ ਸਵਾਲ ਭਾਰਤੀ ਹਕੂਮਤ ਤੇ ਵੀ ਉੱਠਦਾ ਕਿ ਅੱਜ ਤੁਹਾਨੂੰ ਜਦੋਂ 5 ਆਈਜ਼ ਜਾਂ ਆਪਾਂ ਭਾਰਤ ਅਮਰੀਕਨ ਜਿਹੜੀ ਸਰਕਾਰ ਵੱਲੋਂ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਪ੍ਰੂਫ ਆ ਤੁਸੀਂ ਕੋਆਪਰੇਟ ਕਰੋ ਹੁਣ ਤੁਸੀਂ ਕਿਉਂ ਜਿਹੜਾ ਕੋਆਪਰੇਟ ਕਰਨ ਤੋਂ ਭੱਜ ਰਹੇ ਹੋ ਇਨਵੈਸਟੀਗੇਸ਼ਨ ਤੋਂ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਤੇ ਅੱਜ ਇਹ ਜਿਹੜੇ ਸਵਾਲ ਆ ਇਹ ਜਿੰਨੇ ਵੀ ਭਾਰਤੀ ਹਕੂਮਤ ਦੇ ਜਾਂ ਪੋਲੀਟੀਕਲ ਪਾਰਟੀਆਂ ਦੇ ਜਾਂ ਸਿੱਖਾਂ ਦੇ ਕਾਤਲ ਆ ਸਿੱਖਾਂ ਦੇ ਖਿਲਾਫ ਭੋਗਤਣ ਵਾਲੇ ਲੋਕ ਜਦੋਂ ਡਾਇਸਪੋਰਾ ਗੁਰਦੁਆਰਿਆਂ ਦੇ ਵਿੱਚ ਆਣਗੇ ਤਾਂ ਸਿੱਖ ਸਵਾਲ ਕਰਨਗੇ ਸਿੱਖਾਂ ਨੂੰ ਪਤਾ ਆ ਕਿ ਇਹਨਾਂ ਕੰਟਰੀਆਂ ਨੇ ਸਾਨੂੰ ਰਿਜਕ ਦਿੱਤਾ ਅਸੀਂ ਇੱਥੇ ਕਿਰਤ ਕਮਾਈਆਂ ਕਰਦੇ ਆ ਅਸੀਂ ਕਾਨੂੰਨ ਵੀ ਹੱਥ ਨਹੀਂ ਲੈਣਾ ਆ ਸਾਡੇ ਕੋਲ ਇੱਕ ਜਿਹੜਾ ਕੰਟਰੀਆਂ ਐ ਸਾਨੂੰ ਅਲਾਉ ਕਰਦੀਆਂ ਤੁਸੀਂ ਪੀਸਫੁਲ ਤਰੀਕੇ ਨਾਲ ਆਪਣੀ ਜਿਹੜੀ ਵੌਇਸ ਜਿਹੜੀ ਰੇਸ ਕਰ ਸਕਦੇ ਹੋ ਤਾਂ ਫਿਰ ਉਹ ਸਵਾਲ ਅਸੀਂ ਕੀਤੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਇਹ ਆਨਾਕਾਨੀ ਇੱਧਰ ਉੱਧਰ ਸੱਜੇ ਖੱਬੇ ਤੇ ਹੋ ਕੇ ਫਿਰ ਇਹ ਚੱਲਦੇ ਬਣੇ ਸੋ ਸਾਡਾ ਕੋਈ ਵੀ ਮਕਸਦ ਨਹੀਂ ਹੁੰਦਾ ਕਿ ਅਸੀਂ ਕੋਈ ਹੁੱਲੜਵਾਜੀ ਕੁੱਟਮਾਰ ਕਰੀਏ ਨੋ ਕਿਉਂਕਿ ਸਾਨੂੰ ਇਹਨਾਂ ਕੰਟਰੀਆਂ ਨੇ ਰਿਜਕ ਦਿੱਤਾ ਅਸੀਂ ਇਹਨਾਂ ਕੰਟਰੀਆਂ ਦੇ ਕਾਨੂੰਨ ਕਾਇਦੇ ਨੂੰ ਸਮਝਦੇ ਹੋયા ਅਸੀਂ ਪੀਸਫੁਲ ਤਰੀਕੇ ਦੇ ਨਾਲ ਆਪਣੇ ਸਵਾਲ ਜਿਹੜੇ ਆ ਉਹ ਖੜੇ ਕਰਦੇ ਆ ਔਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਨਾਂ ਦਾ ਜਿਹੜਾ ਢੱਗ ਤਰੀਕਾ ਆ ਹੁਣ ਕਈ ਗੁਰਦੁਆਰੇ ਅਮਰੀਕਾ ਦੇ ਵਿੱਚ ਐਦਾਂ ਦੇ ਹੈਗੇ ਆ ਹਾਲਾਂਕਿ ਆਪਾਂ ਨੇ ਕੁਛ ਹਰਸਾ ਪਹਿਲਾਂ ਜਿਹੜੀ ਇਸ਼ਕੋਸ਼ ਕੋਆਰਡੀਨੇਸ਼ਨ ਕਮੇਟੀ ਆ ਜੀ ਇਹ 96 ਤੋਂ ਸੌਰੀ 85 ਤੋਂ ਵੱਧ ਜਿਹੜੇ ਇਸ਼ਕੋਸ਼ ਦੇ ਗੁਰਦੁਆਰੇ ਸਹਿਮਾਨ ਆ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਆ ਸਮੂਹ ਗੁਰਦੁਆਰਿਆਂ ਦੀ ਸਾਂਝੇ ਤੌਰ ਤੇ ਜੀ ਸੋ ਅਸੀਂ ਉਦੋਂ ਸਾਰਿਆਂ ਨੇ ਰਲ ਕੇ ਅਮਰੀਕਾ ਭਰ ਦੇ 96 ਗੁਰਦੁਆਰੇ ਜਿਹੜੇ ਬਾਅਦ ਵਿੱਚ 127 ਗੁਰਦੁਆਰੇ ਹੋਏ ਇੱਕ ਕੁਛ ਅਰਸਾ ਪਹਿਲਾਂ ਮਤਾ ਵੀ ਪਾਇਆ ਸੀ ਕਿ ਭਾਰਤੀ ਡਿਪਲੋਮੈਂਟਸ ਜਿਹੜੇ ਆ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਜਿਹੜੀ ਬੋਲਣ ਤੋਂ ਸਨਮਾਨ ਕਰਨ ਤੋਂ ਜਾਂ ਉਹਨਾਂ ਦੀਆਂ ਜਿਹੜੇ ਏਜੰਡੇ ਪਾਲਦੀਆਂ ਗੁਰਦੁਆਰਿਆਂ ਜਾਂ ਸਿੱਖਾਂ ਨੂੰ ਡਿਵਾਈਡ ਕਰਕੇ ਲੜਾ ਕੇ ਉਹਨਾਂ ਦੇ ਆਪਣੇ ਜਿਹੜੇ ਏਜੰਟ ਉਹਨਾਂ ਨੂੰ ਸੈਟਲ ਕਿਵੇਂ ਕਰਦੇ ਹੋ ਉਹਨਾਂ ਨੂੰ ਅਸੀਂ ਬੈਨ ਕਰਤਾ ਸੀ ਵੀ ਇਹ ਤੁਸੀਂ ਪਾਲਤੀਆਂ ਇੱਥੇ ਨਹੀਂ ਚੱਲ ਸਕਦੀਆਂ ਤੁਹਾਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਤੁਹਾਨੂੰ ਸਨਮਾਨ ਨਹੀਂ ਕਰਾਂਗੇ ਇਹ ਸਾਰਾ ਕੁਝ ਬੈਨ ਕੀਤਾ ਪਰ ਕੁਛ ਇੱਕ ਗੁਰਦੁਆਰੇ ਇਦਾਂ ਦੇ ਆ ਜਿਹੜੇ ਇਹਨਾਂ ਨੇ ਆਪਣੇ ਫੰਡਾਂ ਦੇ ਨਾਲ ਕਹਿ ਲੋ ਇਹ ਇਹਨਾਂ ਨੇ ਆਪਣੇ ਏਜੰਟ ਸੈਟਲ ਕੀਤੇ ਹੋਏ ਆ ਉਹ ਉੱਤੇ ਲਿਆ ਕੇ ਇਹ ਤੁਹਾਨੂੰ ਚੜਾਉਂਦੇ ਆ ਤੁਹਾਨੂੰ ਦਿਖਾਉਂਦੇ ਆ ਤੁਹਾਡੀ ਕਮਿਊਨਿਟੀ ਦੇ ਵਿੱਚ ਡਿਵਾਈਡ ਕਰਦੇ ਤੁਹਾਡੀ ਕਮਿਊਨਿਟੀ ਨੂੰ ਫਾੜਦੇ ਆ ਇਹਨਾਂ ਦੀ ਪਾਲਿਸੀ ਆ ਜੇ ਕਮਿਊਨਿਟੀ ਫਾਟੇਗੀ ਤੇ ਇਹਨਾਂ ਦੀਆਂ ਪਾਲਿਸੀਆਂ ਲਾਗੂ ਹੋਣਗੀਆਂ ਆਦਰਵਾਈਜ਼ ਅੱਜ ਜਿਹੜੀ ਕੌਮ ਆ ਉਹ ਆਪਣੇ ਕੌਮੀ ਖਾਲਸਤਾਨ ਦੀ ਜਿਹੜੀ ਕੈਂਪੇਨ ਆ ਉਹ ਮਹਿਮ ਜਿਹੜੀ ਡਾਇਸਪੋਰਾ ਦੇ ਵਿੱਚ ਬੜੀ ਚਲਾ ਜੋਰਾਂ ਛੋਰਾਂ ਦੇ ਨਾਲ ਚਲਾਈ ਜਾ ਰਹੀ ਆ ਕਿਉਂਕਿ ਭਾਰਤੀ ਹਕੂਮਤ ਦਾ ਝੂਠਾ ਡੈਮੋਕ੍ਰੇਸੀ ਜਿਹੜਾ ਜਿਹੜਾ ਫੇਸ ਉਹਨਾਂ ਦਾ ਬਣਾਇਆ ਹੋਇਆ ਵੀ ਅਸੀਂ ਡੈਮੋਕਰੇਟ ਕੰਟਰੀ ਆ ਉਸ ਫੇਕ ਡੈਮੋਕ੍ਰੇਸੀ ਨੂੰ ਅਸੀਂ ਨੰਗਾ ਕਰਦੇ ਪਏ ਆ ਸੋ ਮੈਂ ਇਹ ਜਿਹੜੀ ਬੇਨਤੀ ਕਰਦਾ ਵੀ ਦੇਖੋ ਇਹਨਾਂ ਨੂੰ ਜੇ ਗੁਰਦੁਆਰਾ ਮੱਥਾ ਹੀ ਟੇਕਣ ਆਏ ਆ ਆ ਕੇ ਤੁਸੀਂ ਜਾਂ ਸ਼ਬਦ ਕੀਰਤਨ ਸੁਣਨ ਆਏ ਆ ਇਹ ਲੰਘਦੇ ਸ਼ਕਣ ਆ ਤੁਸੀਂ ਬੀਖੜੇ ਚ ਜਿਹੜਾ ਮਰਜੀ ਤਨ ਸੁਣੋ ਪਰ ਜੇ ਤੁਸੀਂ ਸਨਮਾਨ ਨਾਲ ਆਉਂਗੇ ਉਹਦੇ ਚ ਐਕਟ ਕਰਨਾ ਵੀ ਸਾਨੂੰ ਸਨਮਾਨ ਕਿਰਪਾਨਾਂ ਦਿਓ ਜੀ ਇਹ ਆ ਜਿਹੜੇ ਬਕਾਊ ਬੰਦੇ ਜਿਹੜੇ ਇਹਨਾਂ ਨੇ ਆਪਣੇ ਸੈਟਲ ਕੀਤੇ ਹੋਏ ਆ ਤਾਂ ਫਿਰ ਸੰਗਤਾਂ ਵਿਰੋਧ ਕਰਨਗੀਆਂ ਇਹਨਾਂ ਨੂੰ ਸਵਾਲ ਵੀ ਕਰਨਗੀਆਂ ਔਰ ਇਹਨਾਂ ਦਾ ਗੁਰਦੁਆਰਿਆਂ ਦੇ ਵਿੱਚ ਵਾੜਨਾ ਫਿਰ ਬੰਦ ਹੋਏਗਾ ਸੋ ਬੰਦ ਜਿਹੜਾ ਇਹਨਾਂ ਨੂੰ ਆਲਰੇਡੀ ਇਹਨਾਂ ਨੂੰ ਆਪ ਸਮਝਣਾ ਚਾਹੀਦਾ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇਣਾ ਚਾਹੀਦਾ ਜੇ ਸੱਚੇ ਆ ਤਾਂ ਪਤਾ ਲੱਗ ਜੂ ਦੁਨੀਆ ਨੂੰ ਪਰ ਤੁਸੀਂ ਭੱਜ ਰਹੇ ਹੋ ਕਿਉਂਕਿ ਤੁਸੀਂ ਕਾਤਲ ਹੋ ਕਿਉਂਕਿ ਤੁਸੀਂ ਸਨ 47 ਤੋਂ ਬਾਅਦ ਲਗਾਤਾਰ ਜੂਨ 1984 ਦੇ ਵਿੱਚ ਅਕਾਲ ਤਖਤ 'ਸਭ ਤੋਂ ਅਟੈਕ ਹੋਣਾ ਔਰ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਸਿੱਖਾਂ ਦੀ ਕਤਲੇਆਮ ਅੱਜ ਵੀ ਤੁਸੀਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਅੱਜ ਵੀ ਤੁਸੀਂ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਅਲੱਗ-ਅਲੱਗ ਚਾਹੇ ਡਰੱਗ ਦੀਆਂ ਗੱਲਾਂ ਕਹਿ ਲੋ ਕਿਸਾਨੀ ਖੁਦਕੁਸ਼ੀਆਂ ਕਰ ਰਹੀ ਆ ਹੋਰ ਕਿੰਨੇ ਹੀ ਮਸਲੇ ਆ ਤੇ ਉਹਨਾਂ ਦਾ ਹੱਲ ਵੀ ਇਹੀ ਆ ਹੁਣ ਜਿਹੜੀ ਕੈਂਪੇਨ ਆਪਾਂ ਚਲਾ ਰਹੇ ਆਂ ਮਹਮ ਕਿ ਕੌਮੀ ਘਰ ਖਾਲਸਤਾਨ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਉਣ ਦੀ ਸੋ ਉਸ ਗੱਲ ਦੇ ਚੱਲਦੇ ਆ ਇਹਨਾਂ ਨੂੰ ਜਿਹੜੇ ਉਹ ਸਵਾਲ ਕੀਤੇ ਗਏ ਆ ਔਰ ਸਵਾਲ ਸਮੇਂ-ਸਮੇਂ ਤੇ ਕਰਦੇ ਰਹੇ ਆ ਜਿਹੜੀ ਈਸ਼ਕੋਸ਼ ਕੋਆਰਡੀਨੇਸ਼ਨ ਕਮੇਟੀ ਯੂ ਐਸ ਏ ਆ ਇਹ ਇਹਦਾ ਬਰਗਾੜੀ ਜਦੋਂ ਕਟਨਾਵਾ ਵਾਪਰੀਆਂ ਬੇਅਦਬੀ ਦੀਆਂ ਉਹ ਤੋਂ ਬਾਅਦ ਇਹ ਹੋਂਚਾਈ ਆ ਈਸ਼ਕੋਸ਼ ਇਲਾਕੇ 'ਚ ਸੋ ਇਹ ਪੂਰੇ ਅਮਰੀਕਾ ਦੇ ਵਿੱਚ ਹੀ ਕੰਮ ਕਰਦੀ ਕਿਉਂਕਿ ਜਿੱਥੇ ਵੀ ਕੋਈ ਐਕਟੀਵਿਟੀ ਐਦਾਂ ਦੀ ਏਜੰਸੀਆਂ ਆ ਜਾਂ ਗਵਰਨਮੈਂਟ ਕਰਦੀ ਆ ਤਾਂ ਉੱਤੇ ਉਹਨੂੰ ਪੜਦਾ ਫਾਸ਼ ਕਰੀਦਾ ਜਾ ਕੇ ਔਰ ਨਾਲ واਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਜਿਹੜੀ ਆ ਪਰੇਡ ਸਾਰੇ ਸਮੂਹ ਗੁਰਦੁਆਰੇ ਰਲ ਕੇ ਕੱਢਦੇ ਆ ਜਿਹੜੀ ਨੈਸ਼ਨਲ ਸਿਕਰਡੇ ਪਰੇਡ ਆ ਜਾਂ ਕਿੰਨੇ ਹੀ ਜਿਹੜੇ ਸਿੱਖ ਜੈਨੋਸਾਈਡ ਦੇ ਬਿੱਲ ਪਾਸ ਕਰਾਉਣ ਦੀਆਂ ਗੱਲਾਂ ਹੋਰ ਜਿਹੜੇ ਇਲੈਕਟਡ ਅਫੀਸ਼ੀਅਲ ਦੇ ਨਾਲ ਸਟੇਟਾਂ ਦੇ ਨਾਲ ਰਲ ਕੇ ਕੰਮ ਕਰੀਦਾ ਸਿੱਖਾਂ ਦੇ ਵਧਣੇ ਫੁੱਲਣ ਦੀ ਜਿਹੜੀ ਗੱਲ ਆ ਸਿੱਖ ਨੌਜਵਾਨੀ ਨੂੰ ਪ੍ਰੇਰਣਾ ਜਿਹੜੀ ਆ ਉਹ ਦੇਣੀ ਕਿ ਬਈ ਭਾਈ ਤੁਸੀਂ ਅਮਰੀਕਨ ਸਿਸਟਮ ਦੇ ਵਿੱਚ ਤੁਸੀਂ ਇੱਥੇ ਦੇ ਬੌਰਨ ਬੱਚੇ ਹੋ ਤੁਹਾਡੀਆਂ ਇੱਥੇ ਦੀ ਐਜੂਕੇਸ਼ਨ ਆ ਤੁਸੀਂ ਇਸ ਪਾਸੇ ਆਓ ਔਰ ਇੰਡੀਆ ਨੂੰ ਐਕਸਪੋਜ਼ ਕਰੋ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਸਾਡੇ ਸਿੱਖਾਂ ਦੀਆਂ ਜੈਨੋਸਾਈਡ ਆ ਜਿਵੇਂ ਇੱਥੇ ਉਹ ਆਪਣੀ ਆਰਐਸਐਸ ਨੂੰ ਜਾਂ ਉਹਨਾਂ ਦੀਆਂ ਘਟੀਆਂ ਪਾਲਿਸੀਆਂ ਨੂੰ ਲੈ ਕੇ ਆ ਰਹੇ ਆ ਉਹਨਾਂ ਨੰਗਾ ਕਰਨ ਵਾਸਤੇ ਇਹ ਹਮੇਸ਼ਾ ਗੱਲ ਜਿਹੜੀ ਆ ਚੱਲਦੀ ਰਹੂਗੀ ਔਰ ਉਹਦੇ ਉੱਤੇ ਕੋਆਰਡੀਨੇਸ਼ਨ ਕਮੇਟੀ ਕੰਮ ਕਰਦੀ ਆ ਜੀ ਹਮਨ ਸਿੰਘ ਜੀ ਇਹ ਵੀ ਇੱਕ ਕੁਐਸਚਨ ਮਤਲਬ ਜਿਹੜੀ ਇਹ ਕੱਲ ਦੀ ਹੁਣ ਡਿਬੇਟ ਚੱਲ ਰਹੀ ਹੈ ਸਾਡੇ ਹੀ ਇੱਕ ਤਬਕੇ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੁਸੀਂ ਵਿਰੋਧ ਕੀਤਾ ਤਰਨਜੀਤ ਸਿੰਘ ਸੰਧੂ ਹੋਰਾਂ ਦਾ ਤੇ ਉਹਨਾਂ ਵੱਲੋਂ ਇੱਕ ਇੱਕ ਕੁਐਸਚਨ ਵੀ ਰੇਜ਼ ਕੀਤਾ ਜਾ ਰਿਹਾ ਇਹ ਕਹਿ ਕੇ ਕਿ ਭਾਈ ਜਦੋਂ ਕੋਈ ਵੀ ਬੰਦਾ ਭਾਵੇਂ ਉਹ ਨਾਨ ਸਿੱਖ ਹੋਵੇ ਜਦੋਂ ਗੁਰਦੁਆਰਾ ਸਾਹਿਬ ਆਉਂਦਾ ਮੱਥਾ ਟੇਕਦਾ ਉਹਨੂੰ ਉਸ ਗੱਲ ਦੀ ਇਜਾਜ਼ਤ ਉਸ ਗੱਲ ਤੋਂ ਵਰਜਿਤ ਨਹੀਂ ਕੀਤਾ ਜਾ ਸਕਦਾ ਤੋ ਜਿਹੜਾ ਇਹ ਤੁਸੀਂ ਵਿਰੋਧ ਕੀਤਾ ਇਹ ਗਲਤ ਕੀਤਾ ਇਸ ਦੇ ਵਜ ਦੇ ਵਿੱਚ ਤੁਹਾਡਾ ਕੀ ਜਵਾਬ ਹੈ ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਕੋਈ ਵੀ ਜਿਹੜਾ ਜਿਵੇਂ ਉਪਦੇਸ਼ ਚਾਹ ਵਰਨਾ ਕੋ ਸਾਂਝਾ ਅ ਦਰਵਾਜ਼ਾ ਸਾਹਿਬ ਦੇ ਚਾਰ ਜਿਹੜੇ ਦਰਵਾਜ਼ੇ ਆ ਉਹ ਸਾਰਾ ਆਪਾਂ ਸਮਝਦੇ ਉਹੋ ਸਿਧਾਂਤ ਹਰ ਇੱਕ ਗੁਰਦੁਆਰੇ 'ਚ ਲਾਗੂ ਹੁੰਦਾ ਪਰ ਜਿਹੜਾ ਸਿੱਖਾਂ ਦਾ ਕਾਤਲ ਆ ਔਰ ਜਿਹੜਾ ਸਿੱਖਾਂ ਦੇ ਹੁਣ ਰੀਸੈਂਟ ਜਿਹੜੇ ਸਾਡੇ ਸਿੱਖ ਹੀਰੀਆਂ ਵਰਗੇ ਨੌਜਵਾਨ ਜਿਹੜੇ ਕੌਮ ਵਾਸਤੇ ਸੰਘਰਸ਼ ਕਰ ਰਹੇ ਸੀ ਔਰ ਪੀਸਫੁਲ ਤਰੀਕੇ ਨਾਲ ਕਰ ਰਹੇ ਸੀ ਕੋਈ ਹੁੱਲੜਵਾਜੀ ਨਹੀਂ ਸੀ ਔਰ ਜਿਹੜੀਆਂ ਕੇਲਿੰਗ ਦੇ ਪਿੱਛੇ ਹੱਤਿਆ ਹੁਣ ਸਿੱਖ ਕੌਮ ਨੂੰ ਵੀ ਚਾਹੀਦਾ ਭਾਈ ਤੁਹਾਡੇ ਨਾਲ ਇਹ ਦੁਨੀਆ ਦੀਆਂ ਪਾਵਰਫੁਲ ਕੰਟਰੀਆਂ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਕਿੰਨੀਆਂ ਯੂਰਪ ਦੀਆਂ ਕੰਟਰੀਆਂ ਨੇ ਤੁਹਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤੁਹਾਨੂੰ ਕਿਹਾ ਵੀ ਭਾਈ ਇਹ ਸ਼ਹਾਦਤ ਹੋਈ ਆ ਜਿਹੜੀ ਹਰਦੀਪ ਸਿੰਘ ਨੇ ਜਰ ਦੀ ਸਾਡੇ ਕੋਲ ਸਬੂਤ ਆ ਬਾਈਟ ਹਾਸ ਅਮਰੀਕਾ ਤੋਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਆਉਂਦੀਆਂ ਔਰ ਭਾਈ ਗੁਰਪਤਵੰਸ ਸਿੰਘ ਪੰਨੂ ਦੀ ਜਿਹੜੀ ਆ ਉਹ ਸਾਰੀ ਗੱਲ ਕੱਢ ਕੇ ਸਾਹਮਣੇ ਰੱਖਤੀ ਆ ਤੇ ਫੇਰ ਵੀ ਜੇ ਅੱਜ ਅਸੀਂ ਇਹ ਗੱਲ ਸੋਚਦੇ ਆ ਕਿ ਸਿੱਖ ਕੌਮ ਨੇ ਸਿੱਖਾਂ ਦੇ ਨਾਲ ਖੜਨਾ ਅਸੀਂ ਆਪਣੇ ਨਾਲ ਖੜਨਾ ਸਿੱਖੀਏ ਨਾ ਕਿ ਅਸੀਂ ਵਿਰੋਧੀਆਂ ਦੇ ਨਾਲ ਖੜਨਾ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਉਹ ਨਾਨ ਸਿੱਖ ਸਾਡੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਕੰਟਰੀਆਂ ਦੇ ਜਿਹੜੇ ਗੋਰੇ ਇਲੈਕਟਡ ਅਫੀਸ਼ੀਅਲ ਵੀ ਆਉਂਦੇ ਆ ਜਿਹੜੇ ਆਮ ਸੰਗਤ ਵੀ ਆਉਂਦੀ ਆ ਵੀ ਅਸੀਂ ਲਰਨ ਕਰਨਾ ਚਾਹੁੰਦੇ ਸਾਡਾ ਸਿੱਖੇ ਚ ਮੈਨੂੰ ਹਨਾ ਤੁਹਾਡੇ ਲੰਗਰ ਦਾ ਕੀ ਪਰੰਪਰਾ ਆ ਕਿਵੇਂ ਤੁਸੀਂ ਜਿਹੜੀ ਪ੍ਰੈਕਟਿਸ ਜਿਹੜੀ ਗੁਰਦੁਆਰੇ ਦੀ ਜਿਹੜੀ ਐਤਵਾਰ ਨੂੰ ਸਾਡੇ ਦਿਵਾਨ ਹੁੰਦੇ ਆ ਵੀ ਛੁੱਟੀ ਹੁੰਦੀ ਆ ਵੀਕਡੇ ਵੀਕਐਂਡ ਤੇ ਤਾਂ ਉਹਦੀ ਉਹ ਐਕਟੀਵਿਟੀ ਸਾਰੀ ਦੇਖਣ ਗੋਰੇ ਸਪੈਸ਼ਲ ਤੌਰ ਤੇ ਆਉਂਦੇ ਆ ਸਾਰਿਆਂ ਨੂੰ ਵੈਲਕਮ ਹੈ ਤੇ ਜੇ ਹੁਣ ਇੱਕ ਪੌਲਿਟਿਕ ਏਜੰਡਾ ਲੈ ਕੇ ਕੋਈ ਬੰਦਾ ਆ ਰਿਹਾ ਜਿਵੇਂ ਕਿ ਇਹ ਅੰਬੈਸਟਰ ਜਿਹੜੇ ਭਾਰਤੀ ਹਕੂਮਤ ਦੇ ਆ ਕੋਈ ਪੋਲੀਟੀਕਲ ਪਾਰਟੀਆਂ ਭੀਜਪੀ ਦੇ ਆਰਐਸਐਸ ਦੇ ਜਾਂ ਕਾਂਗਰਸ ਦੇ ਜਾਂ ਅਕਾਲੀਆਂ ਦੇ ਆਮ ਆਦਮੀ ਪਾਰਟੀ ਦੇ ਸੋ ਉਹ ਜਿਹੜੀਆਂ ਪਾਲਸੀਆਂ ਲੈ ਕੇ ਆਉਂਦੇ ਆ ਉਹ ਆਉਂਦੇ ਵਿਦੇਸ਼ਾਂ ਵਿੱਚ ਤੁਹਾਡਾ ਫੰਡ ਇਕੱਠਾ ਕਰਨ ਤੁਹਾਨੂੰ ਡਿਵਾਈਡ ਕਰ ਜਾਂਦੇ ਆ ਤੁਹਾਡਾ ਫੰਡ ਇਕੱਠਾ ਕਰਕੇ ਆਪਣੀਆਂ ਇਲੈਕਸ਼ਨਾਂ ਲੜਦੇ ਆ ਤੇ ਜਦੋਂ ਉੱਤੇ ਅਸੀਂ ਕਹਿੰਦੇ ਆ ਵੀ ਸਿੱਖਾਂ ਨਾਲ ਆ ਘਟਨਾਵਾਂ ਵਾਪਰ ਚੀਆਂ ਚੋਕਰੀਆਂ ਹੋ ਰਹੀਆਂ ਆ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੁੰਦੀ ਕੋਈ ਸਖਤ ਕਾਨੂੰਨ ਬਣਾ ਦਿਓ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੁਹਾਡੀ ਭਾਰਤੀ ਕਾਨੂੰਨ ਦੇ ਤਹਿਤ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਤਾਂ ਉਹਨਾਂ ਗੱਲਾਂ ਦੇ ਕੋਈ ਵੀ ਉਹ ਲੀਡਰ ਖੜਦੇ ਨਹੀਂ ਫਿਰ ਉਹਨਾਂ ਨੂੰ ਅਸੀਂ ਕਰਨਾ ਕੀ ਆ ਤੇ ਅਸੀਂ ਉਦੋਂ ਬੈਨ ਵੀ ਇਸੇ ਕਰਕੇ ਕੀਤਾ ਸੀ ਵੀ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆ ਸਾਡੇ ਜਿਹੜਾ ਜੂਨ 1984 ਦਾ ਅਟੈਕ ਆ ਸਾਡੇ ਕਿੰਨੇ ਗੁਰਦੁਆਰੇ ਢਾਹ ਦਿੱਤੇ ਸਾਡੀ ਸਿੱਖਾਂ ਦੀ ਜੈਨੋਸਾਈਡ ਹੋਈ ਆ ਸਾਡਾ ਪਾਣੀ ਲੁੱਟ ਕੇ ਤੁਸੀਂ ਬਾਹਰ ਲਿਜਾ ਰਹੇ ਆ ਸਾਡੇ ਡਰਗ ਸਾਡੇ ਫਲਾਤੀ ਪੰਜਾਬ ਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਕਿੰਨੇ ਇਸ਼ੂ ਆ ਐਨਵਾਇਰਨਮੈਂਟਲ ਵਾਲੇ ਸੋ ਉਹਨਾਂ ਦੇ ਉੱਤੇ ਇਹ ਭੱਜ ਜਾਂਦੇ ਆ ਫਿਰ ਉਹ ਤੁਹਾਨੂੰ ਤੁਹਾਡਾ ਪੈਸਾ ਲੁੱਟ ਕੇ ਕਿਰਤਕਮਾਈਆਂ ਕੀਤੀਆਂ ਤੁਹਾਡਾ ਲੁੱਟਣ ਆਉਂਦੇ ਆ ਤੁਹਾਨੂੰ ਡਿਵਾਈਡ ਕਰ ਜਾਂਦੇ ਆ ਆਪਸ ਵਿੱਚ ਭਰਾਵਾਂ ਨੂੰ ਲੜਾ ਜਾਂਦੇ ਆ ਤੇ ਉੱਤੇ ਸਾਡੇ ਕੌਮ ਦੇ ਜਿਹੜੇ ਗੁਰਸਿੱਖ ਭੈਣ ਭਰਾ ਸਾਡੇ ਗੁਰਦੁਆਰਿਆਂ ਚ ਆਉਂਦੇ ਆ ਉਹਨਾਂ ਨੂੰ ਸਮਝਣਾ ਚਾਹੀਦਾ ਅਦਰਵਾਈਜ਼ ਜਿਹੜਾ ਸਿੱਖੀ ਦਾ ਬੋਲਵਾਲਾ ਦੇਸ਼ ਵਿਦੇਸ਼ ਦੇ ਵਿੱਚ ਸਾਡੀ ਨੌਜਵਾਨ ਪੀੜੀ ਨੇ ਵੀ ਵਧਾਇਆ ਜਿਨ੍ਹਾਂ ਕੋਲ ਇੱਥੇ ਦੀ ਐਜੂਕੇਸ਼ਨ ਆ ਜਿਨ੍ਹਾਂ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਆ ਜੇ ਕੈਨੇਡਾ ਦੇ ਵਿੱਚ ਸਾਡੇ ਕਿੰਨੇ ਐਮਪੀ ਆ ਦਸਤਾਰ ਉੱਚੀ ਜਗਜਮੀਤ ਸਿੰਘ ਹੋਣੀ ਹਰਜੀਤ ਸਿੰਘ ਸੱਜਣ ਹੋਣੀ ਔਰ ਜਿਹੜੇ ਅਮਰੀਕਾ ਦੇ ਵਿੱਚ ਵੀ ਸਾਡੇ ਨੌਜਵਾਨ ਇਸ ਪਾਸੇ ਨੂੰ ਤੁਰੇ ਆ ਯੂਕੇ ਦੇ ਵਿੱਚ ਕਿੰਨਾ ਨਾਮ ਜਿਹੜਾ ਬਣ ਰਿਹਾ ਕੌਮ ਦਾ ਔਰ ਜਿਹੜੀ ਅੱਜ ਗੱਲ ਡਾਇਸਪੋਰਾ ਸਿੱਖਾਂ ਦੀ ਇਹਨਾਂ ਬੜਾ ਪਾਵਰਫੁਲ ਕੰਟਰੀਆਂ 'ਚ ਹੋ ਰਹੀ ਆ ਉਸ ਗੱਲ ਨੂੰ ਡੈਮੇਜ ਕਰਨ ਲਈ ਉਸ ਗੱਲ ਨੂੰ ਕੰਟਰੋਲ ਕਰਨ ਲਈ ਕਿ ਸਿੱਖਾਂ ਨੂੰ ਇੱਥੇ ਬਾਹਰ ਵੀ ਦੱਬ ਕੇ ਅਸੀਂ ਇੰਡੀਆ 'ਚ ਤਾਂ ਦੱਬਿਆ ਹੀ ਹੋਇਆ ਇਹਨਾਂ ਨੂੰ ਬਾਹਰ ਵੀ ਕਿਵੇਂ ਦੱਬ ਕੇ ਰੱਖਣਾ ਇਹਨਾਂ ਦੀ ਗੱਲ ਨਹੀਂ ਨਿਕਲਣ ਦੇਣੀ ਅਸੀਂ ਜਦੋਂ ਗੱਲ ਕਰਦੇ ਨਾ ਵੀ ਅਜਿਹਾ ਫਰੀडम ਆਫ ਸਪੀਚ ਜਾਂ ਮੀਡੀਆ ਦੇ ਉੱਤੇ ਤੁਹਾਡੀ ਗੱਲ ਨੂੰ ਕਿੱਦਾਂ ਤੁਹਾਡੀ ਸਿੱਖ ਨੌਜਵਾਨਾਂ ਦੀ ਹੁਣ ਕੈਂਪੇਨ ਆ ਸੋਸ਼ਲ ਮੀਡੀਆ ਤੇ ਵੀ ਚੱਲਦੀ ਆ ਇਲੈਕਟ੍ਰੋਨਿਕ ਮੀਡੀਆ ਤੇ ਵੀ ਚੱਲਦੀ ਆ ਉੱਤੇ ਵੀ ਕਿਵੇਂ ਭਾਰਤੀ ਹਕੂਮਤ ਨੇ ਇਹਨਾਂ ਨੂੰ ਆਪਣੇ ਫੇਸਬੁੱਕਾਂ ਦੇ ਬਿਠਾਲੇ ਇਹਨਾਂ ਦੀ ਆਪਣਾ ਕੰਟਰੋਲ ਆ ਤੁਹਾਡੇ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਆ ਤੁਹਾਡੇ ਚੈਨਲ ਕਾਲ ਚੈਨਲ ਟੀਵੀ 84 ਕਿੰਨੇ ਬਲੈਕਲਿਸਟ ਕਰਤੇ ਇਹਨਾਂ ਨੇ ਪੰਜਾਬ ਭਾਰਤ ਦੇ ਵਿੱਚ ਕਿ ਇਹ ਤੁਹਾਡੀ ਆਵਾਜ਼ ਨੂੰ ਹਰ ਢੰਗ ਤਰੀਕਾ ਵਰਤਦੇ ਆ ਜਿੱਤੇ ਕੀ ਤੁਸੀਂ ਆਪਣੀ ਗੱਲ ਨਾ ਕਰ ਸਕੋ ਤਾਂ ਫਿਰ ਸਾਨੂੰ ਸਿੱਖਾਂ ਨੂੰ ਚਾਹੀਦਾ ਵੀ ਆਪਣੀ ਗੱਲ ਜਿਹੜੀ ਆ ਉਹ ਪੂਰੀ ਦੇਸ਼ ਕੌਮ ਤੱਕ ਲਿਜਾਣ ਲਈ ਦੂਜੀਆਂ ਕੌਮਾਂ ਤੱਕ ਕਮਿਊਨਿਟੀ ਤੱਕ ਲਿਜਾਣ ਲਈ ਵੀ ਅਸੀਂ ਜਿਹੜੀ ਆ ਉਹ ਵਿਰੋਧ ਕਰਨਾ ਜਿਹੜਾ ਜ਼ਰੂਰੀ ਆ ਅਦਰਵਾਈਜ਼ ਫਿਰ ਇਹ ਲੋਕਾਂ ਦੇ ਜਿਹੜੇ ਇਹਨਾਂ ਦੇ ਕੰਨ ਨਹੀਂ ਖੋਲਣੇ ਸੋ ਉਸ ਕਰਕੇ ਜਿਹੜਾ ਵਿਰੋਧ ਕੀਤਾ ਕੋਈ ਉਹਦੇ ਵਿੱਚ ਜਿਹੜੀ ਇਹ ਲੋਕ ਸੋਚਦੇ ਵੀ ਗੁਰਦੁਆਰਾ ਜੀ ਮੱਥਾ ਟੇਕਣਾ ਇਹ ਤਾਂ ਭਾਈ ਤੁਸੀਂ ਵੀ ਸੋਚੋ ਤੇ ਜਿਹੜੇ ਲੈ ਕੇ ਆਉਂਦੇ ਉਹਨਾਂ ਨੂੰ ਸੋਚਣਾ ਚਾਹੀਦਾ ਪ੍ਰਬੰਧਕਾਂ ਨੂੰ ਖਾਸ ਕਰਕੇ ਵੀ ਐਦਾਂ ਦੇ ਸਰਕਾਰੀ ਜਿਹੜੇ ਬੰਦੇ ਆ ਜਿਹੜੇ ਭਾਜਪੀ ਆ ਆਰਐਸਐਸ ਜਾਂ ਦੂਜੇ ਕਈ ਤਰ੍ਹਾਂ ਦੇ ਲੋਕ ਜਿਹੜੇ ਗੁਰਦੁਆਰਿਆਂ ਚ ਪਲੈਂਟ ਹੋ ਰਹੇ ਆ ਉਹ ਤੁਹਾਡੇ ਜਿਹੜੇ ਪ੍ਰਬੰਧਕ ਇਹਨਾਂ ਨੂੰ ਸੈੱਟ ਕਰ ਰਹੇ ਆ ਉਹ ਤੁਹਾਡੇ ਗੁਰਦੁਆਰਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਕਰ ਰਹੇ ਆ ਤਾਂ ਉੱਤੇ ਸੰਗਤ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਕਿ ਆਪਣੇ ਜਿੱਥੇ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਇਹ ਜਿਹੜੀਆਂ ਗੱਲਾਂ ਦੇਖੋ ਇੱਕ ਤਾਂ ਤੁਹਾਨੂੰ ਸੋਚਣਾ ਪਊਗਾ ਵੀ ਪੰਥ ਪ੍ਰਸਤੀ ਤੁਸੀਂ ਪੰਥ ਵਾਸਤੇ ਕਿਹੜਾ ਗੱਲ ਸਹੀ ਆ ਤੇ ਕਿਹੜੀ ਮਾੜੀ ਆ ਜਿਹੜੇ ਬੰਦੇ ਹੀ ਪਲੈਨਟ ਇਸ ਕਰਕੇ ਹੋ ਰਹੇ ਕਿ ਉਹਨੇ ਗੁਰਦੁਆਰਿਆਂ 'ਚ ਐਦਾਂ ਦੇ ਬੰਦੇ ਲਿਆਉਣੇ ਸਿੱਖਾਂ ਦੇ ਕਾਤਲ ਪ੍ਰੇਜ਼ੈਂਟ ਕਰਨੇ ਤੁਹਾਡੇ ਮੂਹਰੇ ਉਹਨਾਂ ਨੂੰ ਸਰੋਪੇ ਦੇਣੇ ਉਹਨਾਂ ਨੂੰ ਕਿਰਪਾਨਾ ਵੜਾਉਣੀਆਂ ਯਾ ਬਈ ਹੋਰ ਸਿੱਖਾਂ ਦੇ ਕਤਲੇਆਮ ਕਰੋ ਤੁਸੀਂ ਤਾਂ ਫਿਰ ਉਹ ਉੱਥੇ ਬਰੋਜ਼ ਕਰਨਾ ਜਿਹੜਾ ਉਹ ਸਿੱਖ ਕਮਿਊਨਿਟੀ ਦਾ ਜਿਹੜੇ ਜਾਗਦੇ ਆ ਜਿਨ੍ਹਾਂ ਨੂੰ ਪਤਾ ਆ ਕਿ ਸਾਡੇ ਨਾਲ ਹੋ ਕੀ ਰਿਹਾ ਸਾਡੀ ਕੌਮ ਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਵੱਧ ਚੜ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ ਆਪਣੇ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਈਏ ਕੌਮੀ ਘਰ ਖਾਲਸਾਤਨ ਬਣਾਈਏ ਸਾਡੇ ਇਸ ਕੌਮੀ ਘਰ ਖਾਲਸਾਤਨ ਬਣ ਕੇ ਰਹਿਣਾ ਆ ਕਿਉਂਕਿ ਇਹਨਾਂ ਦੀਆਂ ਨੀਹਾਂ ਦੇ ਵਿੱਚ ਅਸੀਂ ਹੁਣ ਥੋੜੇ ਦਿਨਾਂ ਨੂੰ ਸਹਬਜ਼ਾਦੇ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਮਾਤਾ ਗੁਜਰਕੌਰ ਦੀ ਕਲਗੀਧਰ ਪਾਤਸ਼ਾਹ ਜੀ ਨੇ ਸਰਬਸ ਜਿਹੜਾ ਸਾਡੇ ਕੌਮ ਤੋਂ ਹਰੇ ਮਨੁੱਖਤਾ ਤੋਂ ਵਾਰਿਆ ਤੇ ਉਸ ਉਹਨਾਂ ਸਹਬਜ਼ਾਦਿਆਂ ਦਾ ਖੂਨ ਇਹਨਾਂ ਖਾਲਸਤਾਨ ਦੀਆਂ ਨੀਹਾਂ ਦੇ ਵਿੱਚ ਜਿਹੜੇ ਉਹ ਸਾਡੇ ਨੌਜਵਾਨ 1984 ਦੇ ਵਿੱਚ ਉਹਨਾਂ ਸ਼ਹੀਦਾਂ ਦਾ ਖੂਨ ਜਿਹੜੇ ਅੱਜ ਵੀ ਸ਼ਹੀਦ ਹੋ ਰਹੇ ਉਹਨਾਂ ਨੀਹਾਂ ਦੇ ਵਿੱਚ ਆ ਤਾਂ ਬਿਲਡਿੰਗ ਜਿਹੜੀ ਆ ਅਸਰ ਰਹੀ ਆ ਤੇ ਕੌਮੀ ਘਰ ਖਾਲਸਤਾਨ ਬਣ ਕੇ ਰਹਿਣਾ ਜੀ ਬਿਲਕੁਲ ਹਮਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਈਵਰਸ ਇਸ ਕਿਸਮ ਦੀਆਂ ਹੋਰ ਵੀ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਲੈ ਕੇ ਤੁਹਾਡੀ ਕਚਰੀ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਮਿਲਾਂਗੇ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਜਾਦ ਚਾਹਾਂਗੇ ਬਹੁਤ ਬਹੁਤ ਧੰਨਵਾਦ ਪਤਰੀ ਦੀ ਸਾਂਝ ਪਾਈ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ